ਪਿਆਰ ਦਰਸ਼ਕੋ, ਤੁਹਾਡੇ ਆਪਣੇ ਜਸਵਿੰਦਰ ਭੱਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਯੂਕੇ ਪਹੁੰਚੇ ਹੋਏ ਹਾਂ। ਫਿਲਮ ਦੀ ਸ਼ੂਟਿੰਗ ਹੈ ਡੈਡੀ ਓ ਡੈਡੀ, ਜਿਹਦੇ ਵਿੱਚ ਵਿਨੂ ਢਿੱਲੋਂ ਜੀ, ਕਰਮਜੀਤ ਅਨਮੋਲ ਜੀ ਔਰ ਪਾਇਲ ਰਾਜਪੂਤ ਜੀ, ਮਾਈ ਸਾਹਿਬ ਜਸਵਿੰਦਰ ਭੱਲਾ ਔਰ ਨਿਸ਼ਾ ਬਾਨੋ ਜੀ, ਸਮੀਪ ਕੰਗ ਜੀ ਭਾਅ ਜੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਔਰ 25 ਤਰੀਕ ਨੂੰ ਫਿਲਮ ਮਸਤਾਨੇ ਰਿਲੀਜ਼ ਹੋਈ ਹੈ। ਬਹੁਤ ਦਿਲ ਕਰ ਰਿਹਾ ਸੀ ਕਿ ਸ਼ੂਟਿੰਗ 'ਚੋਂ ਟਾਈਮ ਕੱਢ ਕੇ ਅਸੀਂ ਫਿਲਮ ਦੇਖੀਏ, ਪਰ ਅੱਜ ਸਮੀਪ ਭਾਅ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਥੋੜ੍ਹਾ ਸਵਖਤ ਵਿਹਲੇ ਕਰ ਦਿਓ ਅਤੇ ਅਸੀਂ ਕੋਹਿਨੂਰ ਭਾਅ ਜੀ ਨੂੰ ਨਾਲ ਲਿਆ ਕੇ ਔਰ ਸਾਡੇ DOP ਸਾਹਿਬ ਵਰਿੰਦਰ ਭਾਅ ਜੀ, ਜਿਨ੍ਹਾਂ ਨੇ ਕੈਰੀ ਔਨ ਜੱਟਾਂ ਦੀਆਂ ਤਬਾਹੀਆਂ ਜਿਹੜੀਆਂ ਕਿ ਤੁਸੀਂ ਅਕਸਰ ਦੇਖੀਆਂ ਨੇ, ਸੋ ਇਹਨਾਂ ਦੀ ਕੈਮਰੇ ਦੀ ਅੱਖ ਥੱਲੇ ਰਿਕਾਰਡ ਹੋਈਆਂ ਨੇ ਔਰ ਜੱਸੀ ਭਾਅ ਜੀ ਸਾਡੇ ਨਾਲ ਬੈਠੇ ਨੇ। ਸੋ ਅਸੀਂ ਚਾਰੇ ਵੀਰ ਪਹੁੰਚ ਰਹੇ ਹਾਂ ਸਿਨੇਮਾ ਦੇ ਵਿੱਚ ਮਸਤਾਨੇ ਫਿਲਮ ਦੇਖਣ ਲਈ, ਜਿਹਦੀਆਂ ਚਾਰੇ ਪਾਸੇ ਧੁੰਮਾਂ ਪੈ ਚੁੱਕੀਆਂ ਨੇ ਔਰ ਕਰਮਜੀਤ ਅਨਮੋਲ, ਬਿਨੂ ਢਿੱਲੋਂ ਜੀ ਸਾਡਾ ਉੱਥੇ ਸਿਨੇਮੇ 'ਚ ਇੰਤਜ਼ਾਰ ਕਰ ਰਹੇ ਨੇ ਟਿਕਟਾਂ ਲੈ ਕੇ, ਅਤੇ ਅਸੀਂ ਸ਼ੂਟਿੰਗ ਤੋਂ ਬਾਅਦ ਇਮੀਡੀਏਟਲੀ ਰਸ਼ ਕਰ ਰਹੇ ਹਾਂ ਥੀਏਟਰ ਲਈ। ਸੋ ਦੇਖਦੇ ਹਾਂ ਵੀ ਫਿਲਮ ਕਿਸ ਤਰ੍ਹਾਂ ਦੀ ਆ, ਕਿਉਂਕਿ ਤੁਹਾਡੇ ਸਭ ਦੇ ਵਿਚਾਰ, ਸਭ ਦੀਆਂ ਰਿਮਾਰਕਸ ਸਾਡੇ ਤੱਕ ਪਹੁੰਚ ਚੁੱਕੇ ਨੇ ਕਿ ਫਿਲਮ ਸੁਪਰ ਡੁਪਰ ਹਿੱਟ ਆ, ਇੱਕ ਨਵੇਕਲੀ ਫਿਲਮ ਆ ਔਰ ਨਵਾਂ ਪਣ ਲੈ ਕੇ ਆਈ ਆ ਔਰ ਸਾਡੀ ਹਿਸਟਰੀ ਨਾਲ ਸਾਨੂੰ, ਸਾਡੇ ਯੰਗਸਟਰਸ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਰਿਆਂ ਨੂੰ ਨਾਲ ਜੋੜਦੀ ਆ। ਸੋ ਇਹੀ ਕਾਮਨਾ ਲੈ ਕੇ ਅਸੀਂ ਫਿਲਮ ਦੇਖਣ ਚੱਲੇ ਹਾਂ ਮਸਤਾਨੇ। ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡੇ ਆਪਣੇ ਜਸਵਿੰਦਰ ਭੱਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ UK ਪਹੁੰਚੇ ਹੋਏ ਹਾਂ। ਫਿਲਮ ਦੀ ਸ਼ੂਟਿੰਗ ਹੈ ਡੈਡੀ ਓ ਡੈਡੀ, ਜਿਹਦੇ ਵਿੱਚ ਬਿਨੂ ਢਿੱਲੋਂ ਜੀ, ਕਰਮਜੀਤ ਅਨਮੋਲ ਜੀ ਔਰ ਪਾਇਲ ਰਾਜਪੂਤ ਜੀ, ਮਾਈ ਸਾਹਿਬ ਜਸਵਿੰਦਰ ਭੱਲਾ ਔਰ ਨਿਸ਼ਾ ਬਾਨੋ ਜੀ, ਸਮੀਪ ਕੰਗ ਜੀ ਭਾਅ ਜੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਔਰ 25 ਤਰੀਕ ਨੂੰ ਫਿਲਮ ਮਸਤਾਨੇ ਰਿਲੀਜ਼ ਹੋਈ ਆ। ਬਹੁਤ ਦਿਲ ਕਰ ਰਿਹਾ ਸੀ ਕਿ ਸ਼ੂਟਿੰਗ 'ਚੋਂ ਟਾਈਮ ਕੱਢ ਕੇ ਅਸੀਂ ਫਿਲਮ ਦੇਖੀਏ, ਪਰ ਅੱਜ ਸਮੀਪ ਭਾਅ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਥੋੜ੍ਹਾ ਸਵਖਤ ਵਿਹਲੇ ਕਰ ਦਿਓ ਅਤੇ ਅਸੀਂ ਕੋਹਿਨੂਰ ਭਾਅ ਜੀ ਨੂੰ ਨਾਲ ਲਿਆ ਕੇ ਔਰ ਸਾਡੇ DOP ਸਾਹਿਬ ਵਰਿੰਦਰ ਭਾਅ ਜੀ, ਜਿਨ੍ਹਾਂ ਨੇ ਕੈਰੀ ਔਨ ਜੱਟਾਂ ਦੀਆਂ ਤਬਾਹੀਆਂ ਜਿਹੜੀਆਂ ਕਿ ਤੁਸੀਂ ਅਕਸਰ ਦੇਖੀਆਂ ਨੇ, ਸੋ ਇਹਨਾਂ ਦੀ ਕੈਮਰੇ ਦੀ ਅੱਖ ਥੱਲੇ ਰਿਕਾਰਡ ਹੋਈਆਂ ਨੇ ਔਰ ਜੱਸੀ ਭਾਅ ਜੀ ਸਾਡੇ ਨਾਲ ਬੈਠੇ ਨੇ। ਸੋ ਅਸੀਂ ਚਾਰੇ ਵੀਰ ਪਹੁੰਚ ਰਹੇ ਹਾਂ ਸਿਨੇਮਾ ਦੇ ਵਿੱਚ ਮਸਤਾਨੇ ਫਿਲਮ ਦੇਖਣ ਲਈ, ਜਿਹਦੀਆਂ ਚਾਰੇ ਪਾਸੇ ਧੁੰਮਾਂ ਪੈ ਚੁੱਕੀਆਂ ਨੇ ਔਰ ਕਰਮਜੀਤ ਅਨਮੋਲ, ਬਿਨੂ ਢਿੱਲੋਂ ਜੀ ਸਾਡਾ ਉੱਥੇ ਸਿਨੇਮੇ 'ਚ ਇੰਤਜ਼ਾਰ ਕਰ ਰਹੇ ਨੇ ਟਿਕਟਾਂ ਲੈ ਕੇ, ਅਤੇ ਅਸੀਂ ਸ਼ੂਟਿੰਗ ਤੋਂ ਬਾਅਦ ਇਮੀਡੀਏਟਲੀ ਰਸ਼ ਕਰ ਰਹੇ ਹਾਂ ਥੀਏਟਰ ਲਈ। ਸੋ ਦੇਖਦੇ ਹਾਂ ਵੀ ਫਿਲਮ ਕਿਸ ਤਰ੍ਹਾਂ ਦੀ ਆ, ਕਿਉਂਕਿ ਤੁਹਾਡੇ ਸਭ ਦੇ ਵਿਚਾਰ, ਸਭ ਦੀਆਂ ਰਿਮਾਰਕਸ ਸਾਡੇ ਤੱਕ ਪਹੁੰਚ ਚੁੱਕੇ ਨੇ ਕਿ ਫਿਲਮ ਸੁਪਰ ਡੁਪਰ ਹਿੱਟ ਆ, ਇੱਕ ਨਵੇਕਲੀ ਫਿਲਮ ਆ ਔਰ ਨਵਾਂ ਪਣ ਲੈ ਕੇ ਆਈ ਆ ਔਰ ਸਾਡੀ ਹਿਸਟਰੀ ਨਾਲ ਸਾਨੂੰ, ਸਾਡੇ ਯੰਗਸਟਰਸ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਰਿਆਂ ਨੂੰ ਨਾਲ ਜੋੜਦੀ ਆ। ਸੋ ਇਹੀ ਕਾਮਨਾ ਲੈ ਕੇ ਅਸੀਂ ਫਿਲਮ ਦੇਖਣ ਚੱਲੇ ਹਾਂ ਮਸਤਾਨੇ। ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡੇ ਆਪਣੇ ਜਸਵਿੰਦਰ ਭੱਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ UK ਪਹੁੰਚੇ ਹੋਏ ਹਾਂ। ਫਿਲਮ ਦੀ ਸ਼ੂਟਿੰਗ ਹੈ ਡੈਡੀ ਓ ਡੈਡੀ, ਜਿਹਦੇ ਵਿੱਚ ਬਿਨੂ ਢਿੱਲੋਂ ਜੀ, ਕਰਮਜੀਤ ਅਨਮੋਲ ਜੀ ਔਰ ਪਾਇਲ ਰਾਜਪੂਤ ਜੀ, ਮਾਈ ਸਾਹਿਬ ਜਸਵਿੰਦਰ ਭੱਲਾ ਔਰ ਨਿਸ਼ਾ ਬਾਨੋ ਜੀ, ਸਮੀਪ ਕੰਗ ਜੀ ਭਾਅ ਜੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਔਰ 25 ਤਰੀਕ ਨੂੰ ਫਿਲਮ ਮਸਤਾਨੇ ਰਿਲੀਜ਼ ਹੋਈ ਆ। ਬਹੁਤ ਦਿਲ ਕਰ ਰਿਹਾ ਸੀ ਕਿ ਸ਼ੂਟਿੰਗ 'ਚੋਂ ਟਾਈਮ ਕੱਢ ਕੇ ਅਸੀਂ ਫਿਲਮ ਦੇਖੀਏ, ਪਰ ਅੱਜ ਸਮੀਪ ਭਾਅ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਥੋੜ੍ਹਾ ਸਵਖਤ ਵਿਹਲੇ ਕਰ ਦਿਓ ਅਤੇ ਅਸੀਂ ਕੋਹਿਨੂਰ ਭਾਅ ਜੀ ਨੂੰ ਨਾਲ ਲਿਆ ਕੇ ਔਰ ਸਾਡੇ DOP ਸਾਹਿਬ ਵਰਿੰਦਰ ਭਾਅ ਜੀ, ਜਿਨ੍ਹਾਂ ਨੇ ਕੈਰੀ ਔਨ ਜੱਟਾਂ ਦੀਆਂ ਤਬਾਹੀਆਂ ਜਿਹੜੀਆਂ ਕਿ ਤੁਸੀਂ ਅਕਸਰ ਦੇਖੀਆਂ ਨੇ, ਸੋ ਇਹਨਾਂ ਦੀ ਕੈਮਰੇ ਦੀ ਅੱਖ ਥੱਲੇ ਰਿਕਾਰਡ ਹੋਈਆਂ ਨੇ ਔਰ ਜੱਸੀ ਭਾਅ ਜੀ ਸਾਡੇ ਨਾਲ ਬੈਠੇ ਨੇ। ਸੋ ਅਸੀਂ ਚਾਰੇ ਵੀਰ ਪਹੁੰਚ ਰਹੇ ਹਾਂ ਸਿਨੇਮਾ ਦੇ ਵਿੱਚ ਮਸਤਾਨੇ ਫਿਲਮ ਦੇਖਣ ਲਈ, ਜਿਹਦੀਆਂ ਚਾਰੇ ਪਾਸੇ ਧੁੰਮਾਂ ਪੈ ਚੁੱਕੀਆਂ ਨੇ ਔਰ ਕਰਮਜੀਤ ਅਨਮੋਲ, ਬਿਨੂ ਢਿੱਲੋਂ ਜੀ ਸਾਡਾ ਉੱਥੇ ਸਿਨੇਮੇ 'ਚ ਇੰਤਜ਼ਾਰ ਕਰ ਰਹੇ ਨੇ ਟਿਕਟਾਂ ਲੈ ਕੇ, ਅਤੇ ਅਸੀਂ ਸ਼ੂਟਿੰਗ ਤੋਂ ਬਾਅਦ ਇਮੀਡੀਏਟਲੀ ਰਸ਼ ਕਰ ਰਹੇ ਹਾਂ ਥੀਏਟਰ ਲਈ। ਸੋ ਦੇਖਦੇ ਹਾਂ ਵੀ ਫਿਲਮ ਕਿਸ ਤਰ੍ਹਾਂ ਦੀ ਆ, ਕਿਉਂਕਿ ਤੁਹਾਡੇ ਸਭ ਦੇ ਵਿਚਾਰ, ਸਭ ਦੀਆਂ ਰਿਮਾਰਕਸ ਸਾਡੇ ਤੱਕ ਪਹੁੰਚ ਚੁੱਕੇ ਨੇ ਕਿ ਫਿਲਮ ਸੁਪਰ ਡੁਪਰ ਹਿੱਟ ਆ, ਇੱਕ ਨਵੇਕਲੀ ਫਿਲਮ ਆ ਔਰ ਨਵਾਂ ਪਣ ਲੈ ਕੇ ਆਈ ਆ ਔਰ ਸਾਡੀ ਹਿਸਟਰੀ ਨਾਲ ਸਾਨੂੰ, ਸਾਡੇ ਯੰਗਸਟਰਸ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਰਿਆਂ ਨੂੰ ਨਾਲ ਜੋੜਦੀ ਆ। ਸੋ ਇਹੀ ਕਾਮਨਾ ਲੈ ਕੇ ਅਸੀਂ ਫਿਲਮ ਦੇਖਣ ਚੱਲੇ ਹਾਂ ਮਸਤਾਨੇ। ਬਹੁਤ ਬਹੁਤ ਧੰਨਵਾਦ।